सत श्री अकाल दोस्तों, बहुत बहुत स्वागत करते हैं अपने चैनल पर। हाँ जी दोस्तों, पंजाब कैबिनेट की अज जी अहम मीटिंग सी और इस मीटिंग दे विच कुछ अहम फैसले ले गए जिस दी जानकारी पंजाब दे वित्त मंत्री सामने दित्ती है। सो आओ इस बारे जानकारी लेंदे आज दी वीडियो दे विच। दोस्तों सब तो पहला वड्डा फैसला जिहड़ा पंजाब कैबिनेट की इस मीटिंग दे विच लिया गया जिस दी जानकारी खुद पंजाब दे वित्त मंत्री हरपाल सिंह चीमा ने दित्ती है। अज दी कैबिनेट मीटिंग दे विच 16वीं विधानसभा दे 5वें सैशन नूं बुलाउण दी संबंधी जिहड़ी ਉਹ ਮੀਟਿੰਗ ਦਾ ਫੈਸਲਾ ਕੀਤਾ ਗਿਆ ਹੈ। ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਜਿਹੜਾ ਅਗਲਾ ਸੈਸ਼ਨ ਹੈ ਉਹ 28 ਅਤੇ 29 ਨਵੰਬਰ ਨੂੰ ਬੁਲਾਇਆ ਜਾਵੇਗਾ, ਯਾਨੀ ਕਿ ਇਹ 2 ਦਿਨਾਂ ਦਾ ਸੈਸ਼ਨ ਜਿਹੜਾ ਹੋਵੇਗਾ ਵਿਧਾਨ ਸਭਾ ਦਾ। ਸੋ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ 2 ਦਿਨਾਂ ਦੇ ਸੈਸ਼ਨ ਦੌਰਾਨ ਜਿਹੜੇ ਨੇ ਕੁਝ ਅਹਿਮ ਬਿੱਲ ਜਿਹੜੇ ਨੇ ਉਹ ਪਾਸ ਕੀਤੇ ਜਾਣਗੇ। ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਦੂਸਰਾ ਜਿਹੜਾ ਅਹਿਮ ਫੈਸਲਾ ਲਿਆ ਗਿਆ ਹੈ ਉਹ ਹੈ ਮਹਾਰਾਜਾ ਭੁਪਿੰਦਰ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਿਖੇ 9ਵੀਂ ਅਸਾਮੀਆਂ ਨੂੰ ਜਿਹੜੀਆਂ ਕਿ ਉਹ ਰਚਨਾ ਜਿਹੜੀ ਹੈ ਕੀਤੀ ਜਾਵੇਗੀ ਔਰ ਇਸ ਦੇ ਉੱਪਰ ਜਿਹੜੀ ਹੈ ਮੋਰ ਰਾਜ ਦੇ ਕੈਪਟਨ ਬਿਲਡਿੰਗ ਦੇ ਵਿੱਚ ਲਗਾਈ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਜਿਹੜੀ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਜਿਹੜੇ ਨੇ ਹਰ ਕੈਬਨਿਟ ਮੀਟਿੰਗ ਦੇ ਵਿੱਚ ਨਵੀਆਂ ਅਸਾਮੀਆਂ ਜਿਹੜੀਆਂ ਨੇ ਉਸ ਦੀ ਰਚਨਾ ਕਰਨ ਦੀ ਮੋਹਰ ਲਗਾਉਂਦੇ ਨੇ। ਸੋ ਇਸ ਤਰ੍ਹਾਂ ਦੀਆਂ ਹੀ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਹੀ ਇਸੇ ਤਰ੍ਹਾਂ ਜਿਹੜੀਆਂ ਨੇ 9 ਨਵੀਆਂ ਅਸਾਮੀਆਂ ਮਹਾਰਾਜਾ ਭੁਪਿੰਦਰ ਸਪੋਰਟਸ ਯੂਨੀਵਰਸਿਟੀ ਵਿਖੇ ਜਿਹੜੀ ਹੈ ਉਹਨਾਂ ਨੇ ਕੀਤੀਆਂ ਗਈਆਂ ਨੇ। ਇਸ ਦੀ ਰਚਨਾ ਤੋਂ ਬਾਅਦ ਜਿਹੜੀ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਕੰਮ ਨੂੰ ਹੋਰ ਵੀ ਜਿਹੜਾ ਹੈ ਸੁਖਾਲਾ ਕੀਤਾ ਜਾ ਸਕੇਗਾ ਅਤੇ ਪੰਜਾਬ ਦੇ ਯੂਥ ਨੂੰ ਵੀ ਨਵੀਆਂ ਜਿਹੜੀਆਂ ਨੇ ਨਿਯੁਕਤੀ ਦਿੱਤੀਆਂ ਜਾਣਗੀਆਂ। ਤੀਸਰਾ ਜਿਹੜਾ ਸਭ ਤੋਂ ਕਹਿ ਸਕਦੇ ਹਾਂ ਕਿ ਅਹਿਮ ਫੈਸਲਾ ਕੁਝ ਕੈਦੀਆਂ ਦੀ ਰਿਹਾਈ ਦੇ ਸੰਬੰਧ ਵਿੱਚ ਲਿਆ ਗਿਆ ਹੈ। 5 ਨਵੇਂ ਕੈਦੀਆਂ ਦੀ ਰਿਹਾਈ ਨੂੰ ਜਿਹੜੀ ਹੈ ਮੋਹਰ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਲਗਾਈ ਗਈ ਹੈ। ਇਸ ਤੋਂ ਇਲਾਵਾ ਹੋਰ ਕਈ ਜਿਹੜੇ ਫੈਸਲੇ ਅੱਜ ਦੀ ਮੀਟਿੰਗ ਦੇ ਵਿੱਚ ਲਏ ਗਏ ਹਨ ਕਿਉਂਕਿ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਪੈਨਸ਼ਨਰਸ ਨੇ ਉਹ ਲਗਾਤਾਰ ਉਡੀਕ ਕਰ ਰਹੇ ਨੇ ਕਿ ਸ਼ਾਇਦ ਪੰਜਾਬ ਸਰਕਾਰ DA ਨੂੰ ਲੈ ਕੇ ਜਾਂ ਫਿਰ ਹੋਰ ਤਰ੍ਹਾਂ ਦੇ ਅਧਾਇਕੀ ਨੂੰ ਲੈ ਕੇ ਫੈਸਲਾ ਜਿਹੜਾ ਕਰੇਗੀ। ਪਰ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਨੂੰ ਲੈ ਕੇ ਕੋਈ ਫੈਸਲਾ ਨਹੀਂ ਕੀਤਾ ਗਿਆ। ਇਸ ਨਾਲ ਹੀ ਦੋਸਤੋ ਮੁਲਾਜ਼ਮਾਂ ਦੇ ਜਥੇਬੰਦੀ ਸਬ ਕਮੇਟੀ ਦੀ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ 22 ਨਵੰਬਰ ਤਹਿਤ 11:30 ਹੋਵੇਗੀ। PF ਕਰਮਚਾਰੀ ਯੂਨੀਅਨ ਦੀ ਮੀਟਿੰਗ ਪੁਰਾਣੀ ਪੈਨਸ਼ਨ ਸਕੀਮ ਨੂੰ ਦੇ ਬਹਾਲ ਅਤੇ ਕੰਪਿਊਟਰ ਅਧਿਆਪਕਾਂ ਦੀ ਮੀਟਿੰਗ 6ਵਾਂ ਪੇ ਕਮਿਸ਼ਨ ਲਾਗੂ ਕਰਵਾਉਣ ਲਈ ਦਫ਼ਤਰੀ ਕਰਮਚਾਰੀ ਯੂਨੀਅਨ ਦੀ ਮੀਟਿੰਗ DA ਦੇ ਵਿੱਚ ਵਾਧਾ ਕਰਵਾਉਣ ਸੰਬੰਧੀ ਜਿਹੜੀ ਹੋਵੇਗੀ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਵੱਡੀ ਅਪਡੇਟ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਸਾਡੇ ਚੈਨਲ 'ਤੇ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਚੈਨਲ ਜ਼ਰੂਰ ਸਬਸਕ੍ਰਾਈਬ ਕਰਕੇ ਰੱਖਿਓ। ਧੰਨਵਾਦ ਜੀ।